ਕਰਦਾ ਪ੍ਰਿੰਸੀਪਲ ਦਾ ਬਿਹੇਵੀਅਰ ਨਾ ਕਰਦਾ ਮਾਂ ਪਿਓ ਕੋਲ ਕਹਿੰਦੇ ਜੇ ਤੁਹਾਡੇ ਕੋਲ ਨਹੀਂ ਹੈਂਡਲ ਉਹ ਜੰਮੇ ਕਿਉਂ ਜੇ ਫਿਰ ਕੈਮਰੇ ਫੋਟੋਆਂ ਤਾਂ ਵੀ ਇਹਨਾਂ ਨੇ ਚਾਰਜਿੰਗ ਲਈ ਆ ਰਿਹਾ ਹਰ ਚੀਜ਼ ਦਾ ਚਾਰਜਿੰਗ ਇਹਨਾਂ ਨੇ ਕਰਤੇ ਆ ਵੀ ਮਾਂ ਪਿਓ ਕਮਾਈ ਅੱਗੇ ਕਰੋਨਾ ਕਾਲ ਚੱਲਣ ਦਿਆ ਵੀ ਕਿੰਨੀ ਕੁ ਰਹਿ ਗਈ ਆ ਪ੍ਰਿੰਸੀਪਲ ਔਰ ਪ੍ਰੈਜ਼ੀਡੈਂਟ ਜੀ ਹਾਂਜੀ ਉਹਨਾਂ ਕੋਲ ਅਸੀਂ ਪਰੇਸ਼ਾਨ ਹੋ ਕੇ ਅੱਜ ਇੱਥੇ ਆਏ ਆ ਅਸੀਂ ਉਹਨਾਂ ਕੋਲ ਬਹੁਤ ਦੁਖੀ ਆ ਮੈਡਮ ਨੂੰ ਬੋਲਣ ਦਾ ਜਰਾ ਵੀ ਤਮੀਜ਼ ਨਹੀਂ ਗੀ ਮੈਡਮ ਦੀ ਇੱਕੋ ਗੱਲ ਹੁੰਦੀ ਹੈ ਦੋ ਗੇਟ ਜਿੱਥੋਂ ਮਰਜ਼ੀ ਬੱਚਾ ਬਾਹਰ ਲੈ ਜਾਓ ਇਹ ਪ੍ਰਭੂ ਰਾਮ ਜੀ ਦੇ ਨਾਮ ਦਾ ਮੰਦਿਰ ਹੈ ਸਕੂਲ ਹੈ ਇਹਨਾਂ ਨੇ ਵਪਾਰ ਦਾ ਮੰਦਿਰ ਬਣਾਤਾ ਇਹਨਾਂ ਨੇ ਸਾਡੇ ਕੋਲ ਫੀਸਾਂ ਤੋਂ ਇਲਾਵਾ ਵੀ ਬਹੁਤ ਚੀਜ਼ਾਂ ਲਈਆਂ ਜਿਹਦੀਆਂ ਇਹਨਾਂ ਨੇ ਕੋਈ ਰਸੀਦਾਂ ਨਹੀਂ ਦਿੱਤੀਆਂ ਜ਼ਿੰਮੇਵਾਰੀ ਬੰਦੀ ਸੀ ਕਿ ਅਸਤੀਫਾ ਦੇ ਦੇਣਾ ਉਹ ਆਪ ਵੀ ਅਜੇ ਤੱਕ ਕੁਰਸੀ ਤੇ ਵਿਰਾਜਮਾਨ ਹੈ ਤੇ ਨਾਲ ਆਪਣੇ ਹਜੇ ਚੇਲੇ ਪਾਂਡੇ ਵੀ ਬਿਠਾਏ ਹੋਏ ਆ अमृतसर का एक निजी स्कूल आए दिन ही विवादों के विच रहिंदा है आए दिन ही पेरेंट्स वालों मापियां दे वालों स्कूल के खिलाफ नारेबाजी की जाती है अज फिर बच्चों के नाल मापियां दे वालों स्कूल के खिलाफ नारेबाजी की जा रही है की मुद्दा है की मामला है जानकारी प्राप्त करांगे किस मुद्दे नूं लैके तुहाडे वालों अज जिहड़ा आ स्कूल के मूहरे प्रोटेस्ट किया जा रहा की कारण की है सर प्रिंसीपल और प्रेजिडेंट जी हाँ जी उन्होंने को असीं परेशान होकर अज इत्थे आए हैं असीं उन्होंने को बहुत दुखी हाँ पेरेंट्स बहुत दुखी है मैडम नूं बोलन दा जरा भी तमीज़ नहीं गी मैडम दी इक्को गल हुंदी है दो गेट जिथों मर्जी बच्चा बाहर लै जाओ साडी मंग इहो ही है कि प्रिंसीपल और बजाज साहब नूं इत्थों स्कूल चों चेंज किया जाए आए दिन ही तुहाडे वल्लों प्रोटेस्ट किए जाते हैं लगातार ही तुहाडे वल्लों मंगा हुंदियां कदी फीसां नूं लैके जिवें तुसीं हुण निजी खर्चे कह रहे हो कि मंनदे हो स्कूल दी मैनेजमेंट ते किस तरह दे सवाल उठदे ने सर इन्हां नूं पता होवे इन्हां ने खर्चे जिहड़े साडे कोल लए ने ते रसीदां कित्थे गईआं सानूं दस्सिया जावे ਸਾਡੇ ਪੈਸੇ ਕਿੱਥੇ ਨੇ ਸਾਡੇ ਸੁਸਾਇਟੀ 'ਚ ਪੈਸੇ ਜਮ੍ਹਾਂ ਹੋਏ ਕਿ ਨਹੀਂ ਹੋਏ ਲੇਕਿਨ ਅਸੀਂ ਇਹਨਾਂ ਨੂੰ ਪ੍ਰਿੰਸੀਪਲ ਨੂੰ ਦੇਖਣਾ ਨਹੀਂ ਚਾਹੁੰਦੇ ਇਹ ਪ੍ਰਭੂ ਰਾਮ ਜੀ ਦੇ ਨਾਮ ਦਾ ਮੰਦਿਰ ਹੈ ਸਕੂਲ ਹੈ ਇਹਨਾਂ ਨੇ ਵਪਾਰ ਦਾ ਮੰਦਿਰ ਬਣਾਤਾ ਕੀ ਮੰਨਦੇ ਹੋ ਭਗਵਾਨ ਦੇ ਨਾਂ ਤੇ ਕਿਤਨਾ ਕਿਤੇ ਠੱਗੀ ਠੋਰੀ ਮਾਰ ਰਹੀ ਹੈ ਸਕੂਲ ਦੇ ਅੰਦਰ ਸਰ ਬਿਲਕੁਲ ਹੋਈ ਹੈ ਬਿਲਕੁਲ ਹੋਈ ਹੈ ਤੇ ਪੇਰੈਂਟਸ ਅੱਜ ਆਏ ਆ ਇਹ ਤੇ ਹੈ ਨਹੀਂ ਕਿ ਮਤਲਬ ਠੱਗੀ ਠੋਰੀ ਨਹੀਂ ਹੋਈ ਤੇ ਪੇਰੈਂਟਸ ਤਦ ਨਹੀਂ ਆਏ ਪੇਰੈਂਟਸ ਇਸੇ ਕਰਕੇ ਹੀ ਆ ਰਹੇ ਆ ਨਾ ਰਸੀਦਾਂ ਕਿਉਂ ਨਹੀਂ ਦਿੱਤੀਆਂ ਜਾਂਦੀਆਂ ਕੀ ਕਾਰਨ ਕੀ ਹੈ ਰਸੀਦਾਂ ਨਾ ਦੇਣ ਦਾ ਸਰ ਇਹ ਹੁਣ ਕਾਰਨ ਪ੍ਰਿੰਸੀਪਲ ਔਰ ਪ੍ਰੈਜ਼ੀਡੈਂਟ ਨੂੰ ਪਤਾ ਹੋਵੇ ਕਾਰਨ ਕੀ ਹੈ ਇਹਦਾ ਅਸੀਂ ਸੁਸਾਇਟੀ ਮੈਂਬਰਸ ਨੂੰ ਲੈਟਰ ਪਾਈਆਂ ਸੀ 4 ਮਹੀਨੇ ਪਹਿਲੇ ਸਾਡੀ ਕੋਈ ਸੁਣਵਾਈ ਨਹੀਂ ਹੋਈ ਅਸੀਂ ਆ ਸੜਕਾਂ ਤੇ ਆਏ ਕੀ ਕਿਹਾ ਤੁਹਾਨੂੰ ਜਦੋਂ ਤੁਸੀਂ ਉਹਨਾਂ ਨੂੰ ਮੈਨੇਜਮੈਂਟ ਨਾਲ ਗੱਲ ਕੀਤੀ ਆ ਕਿਸ ਤਰ੍ਹਾਂ ਦਾ ਕੋਈ ਭਰੋਸਾ ਦਿੱਤਾ ਤੁਹਾਨੂੰ ਸਰ ਹਾਲੇ ਤੱਕ ਤੇ ਕੋਈ ਭਰੋਸਾ ਨਹੀਂ ਦਿੱਤਾ ਸਾਨੂੰ ਅਸੀਂ ਇਸੇ ਕਰਕੇ ਇੱਥੇ ਆਏ ਆ ਅੱਜ ਕੀ ਮੰਨਦੇ ਹੋ ਇਹਨਾਂ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਕੋਈ ਨਾ ਕੋਈ ਸਰ ਇਹ ਹੁਣ ਸੁਸਾਇਟੀ ਮੈਂਬਰ ਦੇਖਣ ਕਿ ਅਸੀਂ ਇਹਨਾਂ ਨੂੰ ਪੇਰੈਂਟਸ ਬਰਦਾਸ਼ਤ ਨਹੀਂ ਕਰਨਾ ਚਾਹੁੰਦੇ ਇਸ ਸੀਟ ਤੇ ਸਾਨੂੰ ਕੋਈ ਅੱਛੀ ਪ੍ਰਿੰਸੀਪਲ ਇੱਥੇ ਹੋਣੀ ਚਾਹੀਦੀ ਹੈ ਜਿਹੜੀ ਪੇਰੈਂਟਸ ਦੀ ਪ੍ਰੋਬਲਮ ਸਮਝੇ ਔਰ ਸਭ ਤੋਂ ਵੱਡੀ ਗੱਲ ਹੈ ਕਿਸੇ ਵਿਡੋ ਲੇਡੀਜ਼ ਦੀ ਪ੍ਰੋਬਲਮ ਨਹੀਂ ਇਹ ਸਮਝਦੇ ਕਿਸੇ ਟੀਚਰ ਦੀ ਪ੍ਰੋਬਲਮ ਨਹੀਂ ਸਮਝਦੇ ਕਈ ਟੀਚਰ ਇਹਨਾਂ ਨੇ ਸਕੂਲੋਂ ਵੀ ਕੱਢ ਦਿੱਤੀਆਂ ਨੇ ਕਈ ਸਵੀਪਰ ਕੱਢ ਦਿੱਤੇ ਆ ਜੇ ਤੁਸੀਂ ਮਿਲ ਜਾਂਦੇ ਹੋ ਪ੍ਰਿੰਸੀਪਲ ਨੂੰ ਕੀ ਜਵਾਬ ਦਿੱਤਾ ਜਾਂਦਾ ਉਹਨਾਂ ਵੱਲੋਂ ਮੈਡਮ ਕਹਿੰਦੀ ਮੈਂ ਤੁਹਾਡਾ ਕੋਆਪਰੇਟ ਨਹੀਂ ਕਰ ਸਕਦੀ ਮੈਂ ਦੋ ਗੇਟ ਹੈ ਤੁਸੀਂ ਬੱਚਾ ਜਿੱਥੋਂ ਮਰਜ਼ੀ ਬਾਹਰ ਲੈ ਜਾਓ ਬੱਚੇ ਜੰਮੇ ਕਿਉਂ ਆ ਸੋ ਕੁਝ ਹੋਰ ਵੀ ਮਾਪੇ ਨੇ ਗੱਲਬਾਤ ਕਰਾਂਗੇ ਕੀ ਮੁੱਦਾ ਕੀ ਹੈਗਾ ਜਿਸ ਮੁੱਦੇ ਨੂੰ ਲੈ ਕੇ ਤੁਹਾਡੇ ਵੱਲੋਂ ਅੱਜ ਪ੍ਰੋਟੈਸਟ ਕੀਤਾ ਜਾ ਰਿਹਾ ਸਰ ਓਵਰਆਲ ਤੇ ਮੁੱਦਾ ਹੈਗਾ ਕਿ ਇਸ ਵੇਲੇ ਪੇਰੈਂਟਸ ਬਹੁਤ ਜ਼ਿਆਦਾ ਪਰੇਸ਼ਾਨ ਹੈਗੇ ਆ ਸੋ ਕਾਲਡ ਮੈਨੇਜਮੈਂਟ ਤੋਂ ਹੁਣ ਸੋ ਕਾਲਡ ਮੈਨੇਜਮੈਂਟ ਦੇ ਵਿੱਚ ਸਕੂਲ ਦਾ ਜਿਹੜਾ ਅਹੁਦੇਦਾਰ ਹੈਗਾ ਸਭ ਤੋਂ ਜਿਹੜਾ ਸਕੂਲ ਦਾ ਪ੍ਰੈਜ਼ੀਡੈਂਟ ਨੇ ਅਧਿਅਕਸ਼ ਨੇ ਸ਼੍ਰੀ ਬਲਬੀਰ ਬਜਾਜ ਜੀ ਹੁਣ ਉਹਨਾਂ ਦੇ ਆਬਜ਼ਰਵੇਸ਼ਨ 'ਚ ਇਹ ਸਕੂਲ ਚੱਲ ਰਿਹਾ ਔਰ ਉਸ ਤੋਂ ਬਾਅਦ ਜਿਹੜੀ ਇੰਪਲੋਇਡ ਪੇਡ ਇੰਪਲੋਈ ਦੀ ਗੱਲ ਕਰੀਏ ਤਾਂ ਇਹ ਕੰਮ ਹੁੰਦੇ ਪ੍ਰਿੰਸੀਪਲ ਦਾ ਸਾਰੀ ਜੋਬ ਪ੍ਰੋਫਾਈਲ 'ਚ ਉਹਦੇ ਸਾਰੇ ਕੰਮ ਹੁੰਦੇ ਕਿ ਉਹਨਾਂ ਨੇ ਕੀ ਕੰਮ ਕਰਨਾ ਲੇਕਿਨ ਇਹਦੇ ਤੋਂ ਇਲਾਵਾ ਵੀ ਇਹਨਾਂ ਨੇ ਬਹੁਤ ਕੁਝ ਕੀਤਾ ਓਵਰਆਲ ਮੁੱਦਾ ਹੈਗਾ ਕਿ ਸੁਸਾਇਟੀ ਨੂੰ ਅਸੀਂ ਅਪਰੋਚ ਕੀਤਾ ਸੁਸਾਇਟੀ ਮੈਂਬਰਸ ਨੂੰ ਅਪਰੋਚ ਕੀਤਾ ਜਿਨ੍ਹਾਂ ਦੇ ਇਹ ਸਕੂਲ ਜਿਹੜੀ ਸੁਸਾਇਟੀ ਚਲਾਉਂਦੀ ਰਾਮ ਆਸ਼ਰਮ ਐਜੂਕੇਸ਼ਨਲ ਸੁਸਾਇਟੀ ਜਿਹੜੀ ਹੈ ਸਕੂਲ ਨੂੰ ਚਲਾਉਂਦੀ ਹੈ ਅਪਰੋਚ ਕਰਨ ਤੋਂ ਬਾਅਦ ਅਸੀਂ ਦੋ ਚਿੱਠੀਆਂ ਪਾਈਆਂ ਇਹਨਾਂ ਨੂੰ ਕਿ ਬਈ ਦੇਖ ਲਓ ਤੁਹਾਡੇ ਸਕੂਲ ਦੇ ਵਿੱਚ ਇਹ ਕਾਰਗੁਜ਼ਾਰੀਆਂ ਇਹ ਤਿੰਨ ਬੰਦੇ ਕਰ ਰਹੇ ਆ ਔਰ ਇਹਨਾਂ ਨੇ ਸੁਸਾਇਟੀ ਮੈਂਬਰਸ ਨੇ ਜ਼ਰੂਰੀ ਨਹੀਂ ਸਮਝਿਆ ਕਿ ਪੇਰੈਂਟਸ ਜਿਹੜੇ ਸਕੂਲ ਦਾ ਪੇਟ ਭਰਦੇ ਆ ਟੀਚਰਸ ਦਾ ਪੇਟ ਭਰਦੇ ਆ ਸੈਲਰੀ ਦਾ ਪੇਟ ਭਰਦੇ ਆ ਮੈਂ ਬਹੁਤ ਵੱਡੀ ਗੱਲ ਕਰ ਰਿਹਾ ਪੇਟ ਭਰਨ ਵਾਲਾ ਪਰਮਾਤਮਾ ਹੈ ਲੇਕਿਨ ਜਿਹੜੇ ਪੇਰੈਂਟਸ ਇੱਥੋਂ ਹੀ ਪੈਸਾ ਸਾਡੇ ਸਾਰਿਆਂ ਦਾ ਇੱਥੇ ਜਾਂਦਾ ਹੈ ਇਹਨਾਂ ਨੇ ਸਾਡੇ ਕੋਲ ਫੀਸਾਂ ਤੋਂ ਇਲਾਵਾ ਵੀ ਬਹੁਤ ਚੀਜ਼ਾਂ ਲਈਆਂ ਜਿਹਦੀਆਂ ਇਹਨਾਂ ਨੇ ਕੋਈ ਰਸੀਦਾਂ ਨਹੀਂ ਦਿੱਤੀਆਂ ਅੱਜ ਇੱਕ ਮੰਤਰੀ ਕਰਪਟ ਹੋਵੇ ਤੇ ਸਾਰੀ ਜਿਹੜੀ ਐਲੀਗੇਸ਼ਨ ਹੈਗੀ ਉਹ ਪ੍ਰਧਾਨ ਮੰਤਰੀ ਤੱਕ ਚਲ ਜਾਂਦੀ ਹੈ ਮੈਂ ਨਾਮ ਨਹੀਂ ਲਵਾਂਗਾ ਤੇ ਅੱਜ ਜੇ ਸਕੂਲ ਦੇ ਵਿੱਚ ਇੱਡੇ ਮਾਸ ਲੈਵਲ ਤੇ ਹੇਰਾਫੇਰੀ ਹੋਈ ਹੋਵੇ ਉਹ ਸਾਰੀ ਗੱਲ ਦਾ ਜ਼ਿੰਮੇਵਾਰ ਕੌਣ ਹੈਗਾ ਔਰ ਜ਼ਿੰਮੇਵਾਰ ਹੋਣ ਤੋਂ ਬਾਅਦ ਉਹਨੂੰ ਤੇ ਆਪਣੀ ਨੈਤਿਕ ਤੌਰ ਤੇ ਜ਼ਿੰਮੇਵਾਰੀ ਬਣਦੀ ਸੀ ਕਿ ਅਸਤੀਫਾ ਦੇ ਦੇਣਾ ਉਹ ਆਪ ਵੀ ਅਜੇ ਤੱਕ ਕੁਰਸੀ ਤੇ ਵਿਰਾਜਮਾਨ ਹੈ ਤੇ ਨਾਲ ਆਪਣੇ ਹਜੇ ਚੇਲੇ ਪਾਂਡੇ ਵੀ ਬਿਠਾਏ ਹੋਏ ਆ ਸੋ ਇਹ ਕਲੀਅਰ ਮੈਸੇਜ ਹੈਗਾ ਸੁਸਾਇਟੀ ਨੂੰ ਇੱਕ ਵਾਰੀ ਦੁਬਾਰਾ ਚਲੋ ਅਸੀਂ ਪੇਰੈਂਟਸ ਅੱਗੇ ਅਸੀਂ ਦੁਬਾਰਾ ਇੱਕ ਵਾਰੀ ਹੱਥ ਜੋੜ ਕੇ ਕਹਿ ਦਿੰਦੇ ਹਾਂ ਸਾਰੀ ਸੁਸਾਇਟੀ ਨੂੰ ਕਿ ਭਾਈ ਸਾਹਿਬ ਅਸੀਂ ਤੁਹਾਨੂੰ ਮਿਲ ਵੀ ਲਿਆ ਜਾਣ ਵੀ ਲਿਆ ਲੇਕਿਨ ਪਰਖਿਆ ਨਹੀਂ ਹੁਣ ਪਰਖਣ ਦਾ ਟਾਈਮ ਆ ਗਿਆ ਪਲੀਜ਼ ਇਹ ਸਕੂਲ ਨੂੰ ਬਚਾ ਲਓ
यह साडा स्कूल हैगा, यह तुहाडा स्कूल हैगा, प्रभु श्री राम का स्कूल हैगा, यह सब का स्कूल हैगा। यह स्कूल का ऑब्जेक्टिव यह सी जो सोसायटी बनी कि समाज कल्याण के काम करने हैं, नेक काम करने हैं। अज की सोसायटी नहीं गई है, आ करीब कुछ नहीं तो 90 साल पुरानी सोसायटी है। आ स्कूल नू बचा लो, इंतहा हो गई। जे हुण साडी पेरेंट्स की सीधी डिमांड हैगी कि जे हुण तीन बंदियां ने जिन्हां ने शहर दे विच स्कूल दे विच साडे नाल पेरेंट्स नाल स्टाफ नाल हेराफेरी की, पैसे ले रसीदा नहीं दित्तियां, ओवरऑल किताबां इन्नियां महंगियां लवाइयां, वह कितने ना कितने कमीशनखोरी नू इशारा करता है। जिहड़ी यूनिफॉर्म हैगी है उहदे विच इन्हां ने कहा स्पैशली इस वेंडर तो लो, असीं लुट चुके, असीं तबाह हो गए हाँ। हुण सोसायटी मैंबरस नू मुड़ अपील हैगी है कि भई आ तीन बंदियां नू पहलां स्कूल चों बाहर कढो ते साडा पैसा वापस दवाओ सारियां दा। जे सानू साडा पैसा ना मिलिया, जे आ तीन बंदे हजे भी कुर्सियां ते सजे रहे, तो आ साफ संकेत हैगा जे असीं आने वाले टाइम दे विच असीं बहुत वड्डा अंदोलन करांगे। पेरेंट्स फिर इन्हां कोलों ਸਾਂਭਿਆ ਨਹੀਂ ਜਾਣਾ। ਅੰਦੋਲਨ ਤਾਂ ਤੁਹਾਡੇ ਵੱਲੋਂ ਲੰਮੇ ਸਮੇਂ ਤੋਂ ਕੀਤੇ ਜਾ ਰਹੇ ਆ, ਸਕੂਲ ਦੇ ਪੂਰੇ ਪ੍ਰੋਟੈਸਟ ਤਰ੍ਹਾਂ ਤਰ੍ਹਾਂ ਦੇ ਤੁਸੀਂ ਕੀਤੇ ਆ, ਪਰ ਤੁਹਾਡੀ ਸੁਣਵਾਈ ਕਿਉਂ ਨਹੀਂ ਹੋ ਰਹੀ, ਕੀ ਕਾਰਨ ਕੀ ਆ? ਸਰ ਸਿੱਧੀ ਗੱਲ ਹੈਗੀ, ਚੋਰਾਂ ਨਾਲ ਕੁੱਤੀ ਰਲੀ ਹੋਈ, ਹੁਣ ਨੌਬਤ ਇਸ ਤੱਕ ਆ ਚੁੱਕੀ ਹੈ। ਇੰਨੇ ਅੰਦੋਲਨ ਹੋ ਗਏ, ਪੇਰੈਂਟਸ ਸੜਕਾਂ 'ਤੇ ਆ ਗਏ, ਸਭ ਕੁਛ ਹੋ ਗਿਆ, ਲੇਕਿਨ ਕਾਰਵਾਈ ਨਹੀਂ ਹੋਈ। ਉਹਦਾ ਸਿੱਧਾ ਕੰਮ ਹੈਗਾ ਕਿ ਜਿਹੜੇ ਮੰਤਰੀ ਨੇ ਨਾ, ਮੰਤਰੀਆਂ ਦਾ ਇਹਨਾਂ 'ਤੇ ਹੱਥ ਹੈਗਾ। ਇਹ ਬਿਨਾਂ ਮੰਤਰੀਆਂ ਤੋਂ ਕੰਮ ਨਹੀਂ ਹੋ ਸਕਦਾ, ਬਿਨਾਂ ਰਾਜਨੀਤਿਕ ਅਪਰੋਚ, ਬਿਨਾਂ ਪੋਲੀਟੀਕਲ ਅਪਰੋਚ ਤੋਂ ਇਹ ਚੀਜ਼ਾਂ ਨਹੀਂ ਹੋ ਸਕਦੀਆਂ। ਜੇ ਹੁਣ ਕੁਛ ਨਾ ਹੋਇਆ ਤਾਂ ਬਈ ਅਸੀਂ ਉਹ ਕਿਸਾਨਾਂ ਦਾ ਮੁੱਦਾ ਚੱਲ ਰਿਹਾ, ਅਸੀਂ ਬਹਿ ਜਾਣਾ ਸੜਕਾਂ 'ਤੇ। ਜੇ ਸਾਨੂੰ ਲੀਗਲੀ ਵੀ ਜਾਣਾ ਪਿਆ, ਦੇਖੋ ਇਹ ਚੈਰੀਟੇਬਲ ਇੰਸਟੀਟਿਊਸ਼ਨ ਹੈਗੀ ਆ, ਚੈਰੀਟੇਬਲ ਇੰਸਟੀਟਿਊਸ਼ਨ ਦਾ ਕੰਮ ਤੁਹਾਨੂੰ ਦੱਸ ਦਿੱਤਾ ਚੈਰਿਟੀ ਕਰਨਾ ਹੈਗਾ। ਦੇਖੋ ਅਗਰ ਇਹਨਾਂ ਨੇ ਕੋਈ ਸਾਡੀ ਇਹ ਚੀਜ਼ ਦੇ ਉੱਤੇ ਸੁਣਵਾਈ ਨਾ ਕੀਤੀ ਤਾਂ ਬਈ ਅਸੀਂ ਲੀਗਲ ਐਕਸ਼ਨ ਵਾਸਤੇ ਅਸੀਂ ਤਿਆਰ ਹੈਗੇ ਜੇ। ਫਿਰ ਇਹ ਨਾ ਹੋਵੇ ਕੱਲ੍ਹ ਨੂੰ ਗੌਰਮੈਂਟ ਆਫ ਇੰਡੀਆ ਜਿਹੜੀ ਹੈ ਇੰਨਾ ਕੁ ਮਾਮਲਾ ਜਿਹੜਾ ਹੈ ਹਾਈਲਾਈਟ ਹੋ ਜਾਏ ਕਿ ਗੌਰਮੈਂਟ ਆਫ ਇੰਡੀਆ ਨੂੰ ਇਹ ਚੈਰੀਟੇਬਲ ਇੰਸਟੀਟਿਊਸ਼ਨ ਇਸ ਐਨ ਜੀ ਓ ਨੂੰ ਅਡੋਪਟ ਕਰਨਾ ਪਵੇ, ਕਿਉਂਕਿ ਚੈਰਿਟੀ ਤਾਂ ਹੋ ਨਹੀਂ ਰਹੀ, ਦੁਕਾਨਦਾਰੀ ਅਸੀਂ ਸਾਬਤ ਕਰ ਦਾਂਗੇ। ਜਿਵੇਂ ਤੁਸੀਂ ਦੱਸਿਆ ਵੀ ਜਦੋਂ ਤੁਸੀਂ ਗੱਲ ਕਰਨ ਵਾਸਤੇ ਜਾਂਦੇ ਹੋ ਤਾਂ ਗਲਤ ਸ਼ਬਦਾਵਲੀ ਜਿਹੜੀ ਉਹਨਾਂ ਵੱਲੋਂ ਵਰਤੀ ਜਾਂਦੀ ਆ, ਲੱਗਦਾ ਨਹੀਂ ਕਿਤੇ ਨਾ ਕਿਤੇ ਕਾਨੂੰਨੀ ਕਾਰਵਾਈ ਵੀ ਕਰਨੀ ਚਾਹੀਦੀ ਇਹਨਾਂ 'ਤੇ? ਸਰ ਪੈਸੇ ਲੈ ਲਓ ਸਾਡੇ ਕੋਲੋਂ ਜਿੰਨੇ ਮਰਜ਼ੀ, ਗਾਲਾਂ 'ਤੇ ਨਾ ਕੱਢੋ। ਇੰਨੀ ਗਲਤ ਸ਼ਬਦਾਵਲੀ ਸ਼ਹਿਰ 'ਚ ਹੋਰ ਵੀ ਸਕੂਲਸ ਨੇ, ਕਿੰਨੇ ਸਕੂਲਾਂ ਨਾਲ ਸਾਡਾ ਵੀ ਵਾਹ ਹੋਏਗਾ, ਸਾਡੇ ਰਿਲੇਟਿਵਸ ਨੇ, ਉਹਨਾਂ ਦੇ ਬੱਚੇ ਪੜ੍ਹਦੇ ਹੋਣਗੇ, ਲੇਕਿਨ ਉਹ ਜਦੋਂ ਸਾਨੂੰ ਇਹ ਚੀਜ਼ਾਂ ਦੱਸਦੇ ਨੇ, ਸਾਨੂੰ ਇਹ ਚੀਜ਼ਾਂ ਉਹ ਦੱਸਦੇ ਨੇ ਸਾਡੀ ਜਿਹੜੀ ਪ੍ਰਿੰਸੀਪਲ ਹੈ ਉਹ ਕਿਸ ਤਰ੍ਹਾਂ ਦੀ ਹੈ, ਸਾਡੀ ਜਿਹੜੀ ਮੈਨੇਜਮੈਂਟ ਹੈ ਉਹ ਕਿਸ ਤਰ੍ਹਾਂ ਦੀ ਹੈ। ਸੋ ਓਵਰਆਲ ਕੀ ਹੈਗਾ, ਇੰਨੀ ਰੂਡ, ਮਤਲਬ ਸਾਰੇ ਸ਼ਹਿਰ ਨੂੰ ਪਤਾ ਜੀ, ਮੈਂ ਕੁਛ ਕਹਿਣਾ ਨਹੀਂ ਚਾਹੁੰਦਾ, ਸਾਰਾ ਸ਼ਹਿਰ ਬੋਲਦਾ ਪਿਆ। ਫਿਰ ਐਸੇ ਸਕੂਲਾਂ ਦਾ ਬਾਈਕਾਟ ਕਿਉਂ ਨਹੀਂ ਕਰਦੇ ਆਪਾਂ? ਸਰ ਬਾਈਕਾਟ ਤਦ ਕਰੀਏ, ਮੇਰੀ ਗੱਲ ਸੁਣੋ, ਬਾਈਕਾਟ ਕਰ ਦਿਆਂਗੇ ਠੀਕ ਹੈ, ਬੱਚੇ ਅਸੀਂ ਚੁੱਕ ਕੇ ਲੈ ਜਾਵਾਂਗੇ, ਕੀ ਹੈ ਸਕੂਲ ਸਾਡਾ ਨਹੀਂ, ਕੱਲ ਨੂੰ ਇਹ ਸਕੂਲ ਹੀ ਬੰਦ ਹੋ ਜਾਏਗਾ ਸਾਡੇ। ਤੁਹਾਡਾ ਸਕੂਲ ਤੁਹਾਡਾ, ਤੇ ਫਿਰ ਤੁਹਾਡੀਆਂ ਮੰਗਾਂ ਕਿਉਂ ਨਹੀਂ ਪੂਰੀਆਂ ਹੋ ਰਹੀਆਂ? ਸਰ ਸਾਡੀਆਂ ਮੰਗਾਂ ਤੇ ਸੋਸਾਇਟੀ ਮੈਂਬਰਸ ਨੇ ਪੂਰੀਆਂ ਕਰਨੀਆਂ ਨਾ, ਸੋਸਾਇਟੀ ਮੈਂਬਰ ਸਾਡੀਆਂ ਮੰਗਾਂ ਪੂਰੀਆਂ ਨਹੀਂ ਕਰ ਰਹੇ, ਉਹਨਾਂ ਨੂੰ ਪਤਾ ਹੈਗਾ, ਦੈਟ ਇਜ਼ ਨੋਟ ਅਵਰ ਫਾਲਟ। ਕੁਝ ਹੋਰ ਵੀ ਆਪਣੇ ਨਾਲ ਗੱਲਬਾਤ ਕਰਾਂਗੇ, ਕੀ ਕਹਿਣਾ ਚਾਹੋਗੇ? ਸਰ ਪਹਿਲਾਂ ਤਾਂ ਇਹਨਾਂ ਦਾ ਜਿਹੜੇ ਪ੍ਰਿੰਸੀਪਲ ਦਾ, ਆਪਾਂ ਇੱਕ ਸਕੂਲ ਜਿਹੜਾ ਸ਼ਿਕਸ਼ਾ ਦਾ ਮੰਦਿਰ ਆ, ਅਤੇ ਸਕੂਲ ਬੱਚੇ ਆਪਾਂ ਉਸ ਆਪਾਂ ਬੱਚੇ ਪੜ੍ਹ ਕੇ ਜਾਂਦੇ ਸਕੂਲ ਦਾ ਨਾਮ ਰੋਸ਼ਨ ਕਰਦੇ ਆ, ਪਰ ਜਿਸ ਤਰ੍ਹਾਂ ਪ੍ਰਿੰਸੀਪਲ ਦਾ ਬਿਹੇਵੀਅਰ ਆ ਅਤੇ ਇਹਦਾ ਪ੍ਰੈਜੀਡੈਂਟ ਦਾ ਬਿਹੇਵੀਅਰ ਆ, ਇਸ ਤੋਂ ਲੱਗਦਾ ਨਹੀਂ ਬੱਚੇ ਕੀ ਸਿੱਖਿਆ ਸਿੱਖਣਗੇ ਇਹਨਾਂ ਕੋਲ। ਇੱਕ ਤਾਂ ਪ੍ਰਿੰਸੀਪਲ ਦਾ ਬਿਹੇਵੀਅਰ ਇੰਨਾ ਕਿੰਨਾ, ਮਾਂ ਪਿਓ ਕੋਲ ਆਓ ਕਹਿੰਦੇ ਜੇ ਤੁਹਾਡੇ ਕੋਲ ਨਹੀਂ ਹੈਂਡਲ ਹੋ ਜੰਮਿਆ ਕਿਉਂ ਜੇ, ਇਹ ਕੋਈ ਸ਼ਬਦਾਵਲੀ ਵਰਤਣ ਵਾਲੀ ਹੈਗੀ ਆ, ਐਡੀ ਤੂੰ ਐਜੂਕੇਟਡ ਪ੍ਰਿੰਸੀਪਲ ਆ ਵੀ ਇਹ ਕੁਝ ਦੱਸੋ ਪ੍ਰਿੰਸੀਪਲ ਵਰਤ ਹੈਗੀ ਆ ਇਹਨਾਂ ਦਾ? ਦੂਜੇ ਨੰਬਰ 'ਤੇ ਫਿਰ ਬੱਚੇ ਤੁਸੀਂ ਉਹ ਬੱਚੇ ਸਭ ਕੁਝ ਵੇਖ ਰਿਹਾ ਕਿ ਮੀਡੀਆ, ਤਾਂ ਬੱਚੇ ਕੀ ਅਸਰ ਪਾਉਣਗੇ, ਬੱਚੇ ਕੀ ਉਹਨਾਂ ਦੀ ਮਾਂ ਪਿਓ ਦੀ ਰਿਸਪੈਕਟ ਕਰਨਗੇ ਜਾਂ ਨਹੀਂ ਰਿਸਪੈਕਟ ਕਰਨਗੇ? ਅਸੀਂ ਇੰਨਾ ਕਹਿਣਾ ਚਾਹਾਂਗੇ ਵੀ ਜਿਹੜਾ ਇੱਕ ਇੱਕ ਗੋਰ ਧੰਦਾ ਬਣਾ ਲਿਆ ਵਾ ਸਕੂਲ ਦੇ ਨਾਂ 'ਤੇ, ਹਰ ਚੀਜ਼ 'ਚ ਕਿਤਾਬਾਂ 'ਚ ਇਹਨਾਂ ਲੁੱਟ ਪਾਣੀ ਸ਼ੁਰੂ ਕਰਤੀ ਆ, ਇਹ ਸਕੂਲ ਦੀ ਵਰਦੀਆਂ 'ਚ ਇਹਨਾਂ ਲੁੱਟ ਪਾਣੀ ਸ਼ੁਰੂ ਕਰਤੀ ਆ, ਟੂਰ 'ਚ ਇਹਨਾਂ ਲੁੱਟ ਪਾਣੀ ਸ਼ੁਰੂ ਕਰਤੀ ਆ, ਫੰਕਸ਼ਨਾਂ 'ਚ ਇਹਨਾਂ 'ਚ, ਫਿਰ ਕੈਮਰੇ ਫੋਟੋਆਂ ਤਾਂ ਵੀ ਇਹਨਾਂ ਨੇ ਚਾਰਜਿੰਗ ਲਈ ਆ ਰਿਹਾ, ਹਰ ਚੀਜ਼ ਦਾ ਚਾਰਜਿੰਗ ਇਹਨਾਂ ਨੇ ਕਰਤੇ ਆ ਵੀ ਮਾਂ ਪਿਓ ਕਮਾਈ ਅੱਗੇ ਕਰੋਨਾ ਕਾਲ ਚੱਲਣ ਦਿਆ ਵੀ ਕਿੰਨੀ ਕੁ ਰਹਿ ਗਈ ਆ, ਇਹ ਆਪਣੇ ਲੋਕ ਹੁਣ ਆਉਣ ਵਾਲਾ, ਅਸੀਂ ਤੁਹਾਨੂੰ ਮੈਂ ਇੱਕ ਪੋਲੀਟੀਕਲ ਨੂੰ ਜ਼ਰੂਰ ਮੈਸੇਜ ਦੇਵਾਂਗਾ ਵੀ ਆਉਣ ਵਾਲਾ ਇਲੈਕਸ਼ਨ ਈਅਰ ਆ, ਵੋਟਾਂ ਇਕੱਲੇ ਇਹਨਾਂ ਨੂੰ ਨਹੀਂ ਪਾਉਣੀਆਂ, ਅਸੀਂ ਵੀ ਪਾਉਣੀਆਂ, ਜੇ ਤੁਹਾਡੇ ਕੋਲ ਸੰਭਲਦਾ ਹੈ ਤਾਂ ਤੁਹਾਡੇ ਕੋਲ ਟਾਈਮ ਹੈਗਾ ਜੇ ਤਾਂ ਇਹਨਾਂ ਨੂੰ ਸੰਭਾਲ ਲਓ, ਨਹੀਂ ਤਾਂ ਫਿਰ ਅਸੀਂ ਤਾਂ ਆਪਣੇ ਲੈਵਲ 'ਤੇ ਹਾਈ ਲੈਵਲ 'ਤੇ ਅਸੀਂ ਆਪਣੇ ਪੇਰੈਂਟਸ ਕਰਾਂਗੇ। ਸੋ ਧੰਨਵਾਦ, ਇਹ ਸਨ ਮਾਪੇ ਜਿਨ੍ਹਾਂ ਦੇ ਵੱਲੋਂ ਅੰਮ੍ਰਿਤਸਰ ਦੇ ਇੱਕ ਨਿੱਜੀ ਸਕੂਲ ਦੇ ਮੂਹਰੇ ਪ੍ਰੋਟੈਸਟ ਕੀਤਾ ਜਾ ਰਿਹਾ, ਜਿਨ੍ਹਾਂ ਵੱਲੋਂ ਲਗਾਤਾਰ ਹੀ ਮੰਗ ਹੈ ਕਿ ਸਕੂਲ ਦੀਆਂ ਮਨਮਾਨੀਆਂ ਜਿਹੜੀਆਂ ਉਹ ਬਾਜ਼ ਨਹੀਂ ਆ ਰਹੀਆਂ, ਜਿਨ੍ਹਾਂ ਚਿਰ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਉਹ ਸਕੂਲ ਦੇ ਅੱਗੇ ਪ੍ਰੋਟੈਸਟ ਜਾਰੀ ਰੱਖਣਗੇ। ਕੈਮਰਾਮੈਨ ਪ੍ਰਦੀਪ ਕੁਮਾਰ ਦੇ ਨਾਲ ਜਗਤਾਰ ਸਿੰਘ ਮਾਲਾ, ਸਕਾਈ ਨਿਊਜ਼ ਪੰਜਾਬ, ਹਰਿਆਣਾ, ਹਿਮਾਚਲ, ਅੰਮ੍ਰਿਤਸਰ। ਹਰ ਖਬਰ ਦੀ ਤਾਜ਼ਾ ਅਪਡੇਟ ਦੇ ਲਈ ਸਾਡੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ, ਫੇਸਬੁੱਕ ਚੈਨਲ ਨੂੰ ਲਾਈਕ ਅਤੇ ਸ਼ੇਅਰ ਕਰੋ।